ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 353ਵੇਂ ਪ੍ਰਕਾਸ਼ ਪੁਰਬ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾਣਾ ਹੈ। ਜਿਸ ਦੇ ਤਹਿਤ ਗੁਰੂਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਤਿਆਰੀਆਂ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀਆਂ ਨੇ। ਉੱਥੇ ਰੌਸ਼ਨੀਆਂ ਨਾਲ ਜਗਮਗ ਕਰਦਾ ਗੁਰੂ ਘਰ ਸਥਾਨਕ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਦੱਸ ਦਈਏ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ 31 ਦਸੰਬਰ ਤੋਂ 2 ਜਨਵਰੀ ਤੱਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਸਮੇਂ-ਸਮੇਂ 'ਤੇ ਵੱਖ-ਵੱਖ ਧਾਰਮਿਕ ਸਮਾਗਮ ਕਰਵਾਏ ਜਾਣਗੇ ਅਤੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤ ਇਸ ਪਾਵਨ ਅਸਥਾਨ 'ਤੇ ਨਤਮਸਤਕ ਹੋਵੇਗੀ। ਨਮਸਕਾਰ, ਪੰਜਾਬ ਕੇਸਰੀ ਟੀਵੀ ਮੇਂ ਆਪਕਾ ਸਵਾਗਤ ਹੈ। ਅਭੀ ਮੈਂ ਹੂੰ ਪਟਨਾ ਸਾਹਿਬ ਗੁਰਦੁਆਰਾ, ਯਹਾਂ ਕੇ ਜਨਰਲ ਸੈਕਰੇਟਰੀ ਹੈ ਮਹਿੰਦਰ ਪਾਲ ਸਿੰਘ ਢਿੱਲਨ। ਹਮ ਬਾਤ ਕਰੇਂਗੇ ਪ੍ਰਕਾਸ਼ ਪਰਵ ਪਰ ਔਰ ਕਿਸ ਤਰ੍ਹਾਂ ਕੀ ਇਸ ਵਾਰ ਕੀ ਤਿਆਰੀਆਂ ਹੈ ਔਰ ਕਿਆ ਇਨਕੋ ਕਿਸ ਤਰ੍ਹਾਂ ਸੇ ਸਰਕਾਰ ਕੀ ਤਰਫ ਸੇ ਕਿਆ ਕੁਛ ਸੁਵਿਧਾਏਂ ਇਨਕੋ ਉਮੀਦ ਹੈ ਕਿ ਜੋ ਕਮੀਆਂ ਹੈ ਵਹ ਪੂਰੀ ਕੀ ਜਾਏ। ਸਰ, ਇਸ ਵਾਰ ਪ੍ਰਕਾਸ਼ ਪਰਵ ਮੇਂ ਤਿਆਰੀਆਂ ਜੋ ਹੈ ਕਿਸ ਤਰ੍ਹਾਂ ਕੀ? ਇਸ ਵਾਰ ਹਮ ਲੋਕ ਦੋ ਪਰਬ ਮਨਾ ਰਹੇ ਹੈ, ਪ੍ਰਕਾਸ਼ ਪਰਬ ਮਨਾ ਰਹੇ ਹੈ। ਪਹਿਲੇ ਗੁਰੂ ਨਾਨਕ ਦੇਵ ਜੀ ਕਾ 550ਵਾਂ ਯੇ ਰਾਜਗੀਰ ਮੇਂ ਮਨਾਇਆ ਜਾ ਰਿਹਾ ਹੈ 27, 28, 29 ਦਸੰਬਰ ਕੋ, ਔਰ ਫਿਰ ਗੁਰੂ ਗੋਬਿੰਦ ਸਿੰਘ ਜੀ ਕਾ ਯੇ 31 ਔਰ 1-2 ਜਨਵਰੀ ਕੋ ਹਮ ਲੋਕ ਮਨਾ ਰਹੇ ਹੈ। ਕਿਸ ਤਰ੍ਹਾਂ ਕੀ ਮਤਲਬ ਸਰਕਾਰ ਕੀ ਤਰਫ ਸੇ ਇਸ ਵਾਰ ਕੌਨ ਸੀ ਸੁਵਿਧਾਏਂ ਦੀ ਗਈ? ਇਸ ਵਾਰ ਕਿਉਂਕਿ ਰਾਜਗੀਰ ਯਹਾਂ ਸੇ ਕਰੀਬ 100 ਕਿਲੋਮੀਟਰ ਹੈ, ਤੋ ਸਰਕਾਰ ਨੇ ਹਮੇਂ ਬਸਿਸ ਪ੍ਰੋਵਾਈਡ ਕੀਆ ਹੈ। ਜਿਤਨੀ ਬਸੇ ਹਮੇਂ ਜ਼ਰੂਰਤ ਹੈ, ਅਭੀ 150 ਬਸੇ ਤੋਂ ਉਹਨਾਂ ਨੇ ਦੇ ਦੀ ਹੈ, ਔਰ ਵੀ ਜ਼ਰੂਰਤ ਪੜੇਗੀ ਤੋ ਹਮੇਂ ਵੋ ਸਰਕਾਰ ਹਮੇਂ ਉਪਲਬਧ ਕਰਵਾਏਗੀ। ਰਾਜਗੀਰ ਮੇਂ ਕੀਆ ਜਾ ਰਿਹਾ ਹੈ, ਯਹਾਂ ਪਟਨਾ ਮੇਂ ਜਿਸ ਤਰ੍ਹਾਂ ਸੇ ਬਾਹਰ ਸੇ ਜੋ ਸੈਲਾਨੀ ਆਤੇ ਹੈ, ਪਿਛਲੇ ਵਾਰ ਕੁਛ ਸੈਲਾਨੀਓਂ ਕੋ ਏਅਰਪੋਰਟ ਸੇ ਪਟਨਾ ਆਨੇ ਮੇਂ ਹਲ ਦਿੱਕਤੋਂ ਕਾ ਸਾਹਮਣਾ ਕਰਨਾ ਪੜਾ ਥਾ, ਕਿਉਂਕਿ ਇਲਾਕਾ ਥੋੜ੍ਹਾ ਕੰਜਸਟਡ ਹੈ। ਇਸ ਵਾਰ ਅਬ ਸਿੱਧਾ ਰਾਜਗੀਰ ਕੀ ਔਰ ਤੋ ਟੈਂਟ ਸਿਟੀ ਬਣਾਇਆ ਜਾਤਾ ਥਾ, ਉਸਕੋ ਲੇਕਰ ਕਿਆ ਪ੍ਰੋਬਲਮ? ਦੇਖੀਏ, ਇਸ ਟੈਂਟ ਸਿਟੀ ਤੋ ਇਸ ਵਾਰ ਪਟਨਾ ਕੰਗਨ ਘਾਟ ਮੇਂ ਬਣ ਰਹੀ ਬਣ ਗਈ, ਸਮਝ ਲਈਏ ਆਲਮੋਸਟ ਕੰਪਲੀਟ ਹੈ। 5,000 ਯਾਤਰੋ ਕੋ ਰਹਿਣੇ ਕੇ ਲਈ ਜਗ੍ਹਾ ਹੈ, ਸਰਕਾਰ ਇਹ ਸਭ ਸਰਕਾਰ ਬਣਾ ਰਹੀ ਹੈ। ਠੰਡ ਕਾਫੀ ਹੈ, ਉਸਕੋ ਲੇਕਰ ਕੈਸੀ ਤਿਆਰੀ? ਠੰਡ ਕੇ ਲੀਏ ਤੋ ਵਹਾਂ ਗਰਮ ਪਾਣੀ ਕਾ ਵੀ ਪ੍ਰੋਵਾਈਡ ਕੀਆ ਗਿਆ ਹੈ, ਬਿਸਤਰ ਕੰਬਲ ਸਭ ਕਾ ਪ੍ਰੋਵਾਈਡ ਕੀਆ ਗਿਆ, ਤਾਂ ਕਿ ਠੰਡ ਸੇ ਕਿਸੀ ਕੋ ਤਕਲੀਫ ਨਹੀਂ ਹੋ। ਤੋ ਢਿੱਲਨ ਸਾਹਿਬ ਹੈ, ਸਾਫ਼ ਕਹਿਣਾ ਹੈ ਇਨਕੋ ਕਿ ਇਸ ਵਾਰ ਕਾ ਪ੍ਰਕਾਸ਼ ਪਰਵ ਜੋ ਮਨਾਇਆ ਜਾ ਰਿਹਾ ਹੈ, ਪਟਨਾ ਮੇਂ ਟੈਂਟ ਸਿਟੀ ਵੀ ਬਣਾਏ ਗਏ ਹੈ, ਔਰ ਲੇਕਿਨ ਰਾਜਗੀਰ ਮੇਂ ਤਿਆਰੀਆਂ ਹੈ, ਔਰ ਰਾਜਗੀਰ ਕੋ ਲੇਕਰ ਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਕਾਫੀ ਪਹਿਲੇ ਸੇ ਹੀ ਸਚੇਤ ਹੈ ਔਰ ਕਾਫੀ ਪਹਿਲੇ ਸੇ ਸੀਰੀਅਸ ਹੈ, ਔਰ ਉਸਕੋ ਲੇਕਰ ਕੇ ਵੀ ਸਰਕਾਰ ਕੀ ਤਰਫ ਸੇ ਵੀ ਕਾਫੀ ਸੁਵਿਧਾਏਂ ਮਿਲਣੇ ਕੀ ਉਮੀਦ ਹੈ। ਅਭੀ ਵਕਤ ਹੈ, ਲੇਕਿਨ ਆਨੇ ਵਾਲੇ ਸਮੇਂ ਮੇਂ ਸਰਕਾਰ ਬਿਹਾਰ ਸਰਕਾਰ ਇਸ ਵਾਰ ਕਾ ਪ੍ਰਕਾਸ਼ ਪਰਵ ਸਫਲਤਾ ਸੇ ਮਨਾਇਆ ਜਾਏ, ਇਸਕੋ ਲੇਕਰ ਕੇ ਔਰ ਕੌਨ ਕੌਨ ਸੀ ਸੁਵਿਧਾਏਂ ਦੇਗੀ, ਯਹ ਦੇਖਣੇ ਵਾਲੀ ਬਾਤ ਹੋਗੀ। ਤੋ ਆਪ ਦੇਖ ਰਹੇ ਹੈ ਕਿ ਯਹਾਂ ਪੇ ਜਿਤਨੇ ਵੀ ਸਿੱਖ ਧਰਮ ਸੇ ਜੁੜੇ ਹੋਏ ਲੋਕ ਹੈ ਉਹ ਆਏ ਹੈ, ਔਰ ਯਹਾਂ ਨੇ ਹਿੰਦੁਸਤਾਨ ਕੇ ਕੋਨੇ ਕੋਨੇ ਸੇ ਆਏ ਹੈ, ਔਰ ਹਮ ਦੇਖ ਰਹੇ ਹੈ ਕਿ ਯਹਾਂ ਸੇ ਲੰਡਨ ਸੇ ਲੋਕ ਆਏ ਹੈ, ਔਰ ਕਾਫੀ ਸ਼ਰਧਾ ਇਨਮੇ ਪ੍ਰਕਾਸ਼ ਪਰਵ ਕੋ ਲੈ ਕੇ ਵਿਦੇਸ਼ ਸੇ ਆਏ ਹੈ। ਹਮ ਬਾਤ ਕਰੇਂਗੇ ਸਰ ਕਿ ਆਪ ਯਹਾਂ ਆਏ ਹੈ, ਲੰਡਨ ਸੇ ਆਏ ਹੈ, ਤੋ ਹਮ ਕੀਨੀਆ ਸੇ ਆਏ ਹੈ, ਇੰਡੀਆ ਸੇ ਹੀ ਆਏ ਹੈ, ਅੱਛਾ, ਔਰ ਲੋਕ ਵੀ ਆਏ ਹੈ, ਤੋ ਕੈਸਾ ਲੱਗ ਰਿਹਾ ਹੈ ਯਹਾਂ ਕਾ ਵਾਤਾਵਰਣ, ਆਪਕੋ ਕੈਸਾ ਲੱਗ ਰਿਹਾ ਹੈ? ਬਹੁਤ ਅੱਛਾ ਹੈ, ਗੁਰੂ ਕੇ ਮਹਾਰਾਜ ਕੇ ਚਰਨੋਂ ਮੇਂ ਆਏ ਹੈ, ਤੋ ਬਖਸ਼ਿਸ਼ ਹੈ ਮਾਲਕ ਕੀ, ਉਸਨੇ ਹਮਕੋ ਇਧਰ ਮੌਕਾ ਦਿਆ ਕਿ ਹਮ ਆ ਕੇ ਦਰਸ਼ਨ ਕਰ ਸਕੇਂ, ਗੁਰੂ ਕੀ ਕਿਰਪਾ ਹੈ। ਕਾਫੀ ਮਾਨਤਾ ਹੈ ਪੂਰੇ, ਮਤਲਬ ਕਿ ਕਿਹਾ ਜਾਏ ਕਿ ਲੋਕ ਹਿੰਦੁਸਤਾਨ ਕੇ ਲੋਕ ਤੋ ਆਤੇ ਹੀ ਹੈ, ਔਰ ਵੀ ਬਾਹਰ ਸੇ ਲੋਕ ਆਤੇ ਹੈ, ਦੇਸ਼ ਵਿਦੇਸ਼ ਸੇ ਲੋਕ ਆਤੇ ਹੈ ਪਟਨਾ ਕੇ ਤਖ਼ਤ ਹਰ ਮੰਦਿਰ ਸਾਹਿਬ ਗੁਰਦੁਆਰਾ ਮੇਂ, ਔਰ ਲੋਕੋਂ ਕਾ ਇਹ ਮਾਨਨਾ ਹੈ ਕਿ ਯਹਾਂ ਆਨੇ ਸੇ ਇਨਕੋ ਸਕੂਨ ਮਿਲਤਾ ਹੈ। ਹਮ ਬਾਤ ਕਰੇਂਗੇ ਕੁਛ ਵੀ ਹੈ, ਕੈਸਾ ਸਰ ਕੈਸਾ ਮਹਿਸੂਸ ਕਰ ਰਹੇ ਹੈ? ਲੋਕ ਅਭੀ ਧਿਆਨ ਮੇਂ ਡੁਬੇ ਹੈ, ਬਜ਼ੁਰਗ ਮਹਿਲਾ, ਹਾਊ ਡੂ ਯੂ ਫੀਲ ਮੈਮ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੇਅਰ ਡੂ ਯੂ ਕਮਿੰਗ ਫਰੋਮ? ਯੂਕੇ। ਯੂਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਦੇਖੀਏ ਕਿ ਅਮੇਰੀਕਾ ਸੇ ਵੀ ਆਏ ਹੈ ਲੋਕ, ਲੰਡਨ ਸੇ ਵੀ ਆਏ ਹੈ, ਔਰ ਵੀ ਹਿੰਦੁਸਤਾਨ ਕੇ ਕੋਨੇ ਕੋਨੇ ਸੇ ਲੋਕ ਆਏ ਹੈ, ਔਰ ਜੈਸਾ ਕਿ ਆਪ ਦੇਖ ਰਹੇ ਹੈ ਕਿ ਯਹਾਂ ਪਰ ਪ੍ਰਕਾਸ਼ ਪਰਬ ਮੇਂ ਕਾਫੀ ਸੰਖਿਆ ਮੇਂ ਲੋਕ ਆਤੇ ਹੈ, ਜੈਸਾ ਕਿ ਆਪ ਹਮਨੇ ਦਿਖਾਇਆ ਕਿ ਸੁਰੱਖਿਆ ਕੇ ਵੀ
काफ़ी इंतज़ाम किए गए हैं, कुछ दिन बाकी है। बिहार सरकार ने भी पुख्ता इंतज़ाम किया है। अब देखना होगा कि आने वाले समय में प्रकाश पर्व में और कहां कहां से लोग आते हैं और किस तरह से यहां प्रकाश पर्व मनाया जाएगा, यह देखने वाली बात होगी। पटना से पंजाब केसरी टीवी के लिए संजीव की रिपोर्ट। पटना साहिब तो संजीव की रिपोर्ट, दर्शन टीवी।